ਹੈਲੋ ਦੋਸਤੋ ਪੰਜਾਬ ਪੁਲਿਸ ਦੀ ਭਰਤੀ ਵਿੱਚ ਬਹੁਤ ਹੀ ਵੱਡੀ ਅਪਡੇਟ ਕੀਤੀ ਗਈ ਆ ਕਿ ਪਹਿਲਾਂ ਕਾਂਸਟੇਬਲ ਦੀਆਂ ਭਰਤੀਆਂ ਆਈਆਂ ਸੀ 4362 ਤੇ ਲਗਭਗ ਤੇ ਹੁਣ ਇਹ ਵੈਕੈਂਸੀਆਂ ਦਾ ਵਾਅਦਾ ਕਰ ਦਿੱਤਾ ਗਿਆ ਵਾ ਤੇ ਕਾਂਸਟੇਬਲ ਦੀ ਹੁਣ ਭਰਤੀਆਂ ਆ ਗਈਆਂ ਜੀ 7788 ਵੈਕੈਂਸੀਆਂ ਨੇ ਤੇ ਹੈੱਡ ਕਾਂਸਟੇਬਲ ਦੀਆਂ 787 ਤੇ ਸਬ ਇੰਸਪੈਕਟਰ ਦੀਆਂ 103824 ਵੈਕੈਂਸੀਆਂ ਆ ਰਹੀਆਂ ਨੇ ਤੇ ਟੋਟਲ ਮਿਲ ਕੇ ਇਹ ਵੈਕੈਂਸੀਆਂ ਆ ਗਿਆ ਨੇ 9399 ਤੇ ਬਹੁਤ ਹੀ ਵਧੀਆ ਖਬਰ ਹੈ ਜੀ ਤੇ ਬਾਕੀ ਕਿ ਜਿਨ੍ਹਾਂ ਜਿਨ੍ਹਾਂ ਦਾ ਵੀ ਹੈਗਾ ਵਾ ਡ੍ਰੀਮ ਕਿ ਪੰਜਾਬ ਪੁਲਿਸ ਦੇ ਵਿੱਚ ਹੋਣਾ ਵਾ ਉਹ ਆਪਣੀ ਤਿਆਰੀ ਰੱਖੋ ਜੀ ਕਿ ਹੁਣ ਬਹੁਤ ਚਾਂਸ ਹੈਗੇ ਆ ਤੁਹਾਡੇ ਹੋਣ ਦੇ ਕਿਉਂਕਿ ਵੈਕੈਂਸੀਆਂ ਦੇ ਵਿੱਚ ਵਾਦਾ ਕੀਤਾ ਗਿਆ ਵਾ ਤੇ ਇਹਦੇ ਵਿੱਚ ਡਰਾਈਵਰ ਵਗੈਰਾ ਜਾਂ ਹੋਰ ਕਿਹੜੇ ਡਿਪਾਰਟਮੈਂਟ ਆ ਜਾਣਗੇ ਤੇ ਬਾਕੀ ਕਿ ਇਹਨਾਂ ਦੀ ਡਿਟੇਲ ਵਗੈਰਾ ਤੁਸੀਂ ਮਿਲ ਕੇ ਇਹਨਾਂ ਦੀ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿਹੜੀ ਕਿਹੜੀ ਵੈਕੈਂਸੀਆਂ ਕਿਹੜੀ ਕਿਹੜੀ ਕੈਟਾਗਰੀ ਨੂੰ ਮੰਗੀਆਂ ਹੋਈਆਂ ਨੇ ਤੇ ਬਾਕੀ ਹੈ ਕਿ ਥੋੜੇ ਦਿਨ ਤੱਕ ਤੁਹਾਨੂੰ ਪੂਰਾ ਨੋਟੀਫਿਕੇਸ਼ਨ ਡਿਟੇਲ ਵਾਈਜ਼ ਮਿਲ ਕੇ ਤੁਹਾਨੂੰ ਮਿਲ ਜੂਗਾ ਤੇ ਜਲਦੀ ਇਹਦੇ ਫਾਰਮ ਭਰਨੇ ਵਿੱਚ ਸਟਾਰਟ ਹੋ ਜਾਣੇ ਨੇ ਤੇ ਆਪਣੀ ਤਿਆਰੀ ਰੱਖੋ ਜੀ ਤੇ ਬੈਸਟ ਆਫ ਲੱਕ ਜੀ